ਸਤਿ ਸ਼੍ਰੀ ਅਕਾਲ ਦੋਸਤੋ ਗਰਨੇਕ ਸਿੰਘ ਢਿੱਲੋਂ ਤੋਂ ਤੁਹਾਡਾ ਸਵਾਗਤ ਕਰਦਾ ਜੀ ਤੁਹਾਨੂੰ ਲੈ ਕੇ ਆਇਆ ਹਾਂ ਅਲਫਾ ਸਿਟੀ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਕੋਠੀ ਦਿਖਾਉਣ ਵਾਸਤੇ ਇਹ ਕਲੋਨੀ ਵੀ ਬੜੀ ਸ਼ਾਨਦਾਰ ਹੈ ਤੁਸੀਂ ਸ਼ੁਰੂ ਚ ਸ਼ਾਰਟਸ 'ਚ ਦੇਖ ਹੀ ਲਿਆ ਹੋਣਾ ਵਾ ਔਰ ਇਹ ਜਿਹੜੀ ਆ ਨਾਰਥ ਫੇਸਿੰਗ ਕੋਠੀ ਹੈ 220 ਗਜ਼ ਦੀ ਜਿਹਦੀ ਆਸਕਿੰਗ ਪ੍ਰਾਈਸ ਜਿਹੜੀ ਆ ਉਹ ਰਹਿਣ ਵਾਲੀ ਹੈ 1 ਕਰੋੜ 75 ਲੱਖ ਰੁਪਈਆ ਔਰ ਇਹ 80 ਫੁੱਟ ਦੀ ਰੋਡ ਆ ਜਿਸ ਰੋਡ ਦੇ ਉੱਤੇ ਕੋਠੀ ਇਹ ਹੈਗੀ ਆ ਸੋ ਬਹੁਤ ਹੀ ਜ਼ਬਰਦਸਤ ਬਹੁਤ ਹੀ ਪ੍ਰੀਮੀਅਮ ਕਮ ਜਿਹੜਾ ਹੈ ਕਰਾਇਆ ਵਾ ਕੁਝ ਇਹ ਹਲੇ ਅੰਡਰ ਕੰਸਟਰਕਸ਼ਨ ਹੈ ਕੰਮ ਚ ਔਰ ਇਹ ਇਹਨਾਂ ਨੂੰ ਕੁਛ ਮਨ ਬਣ ਗਿਆ ਕਿਤੇ ਹੋਰ ਸ਼ਿਫਟ ਹੋਣ ਦਾ ਤਾਂ ਕਰਕੇ ਉਹਨੇ ਮੰਨ ਬਣਾ ਲਿਆ ਅਦਰਵਾਜ਼ ਜਿਸ ਤਿੱਕੇ ਨਾਲ ਪੈਸਾ ਇਨਵੈਸਟ ਕੀਤਾ ਜਿਸ ਤਿੱਕੇ ਨਾਲ ਖਰਚਾ ਕੀਤਾ ਆ ਬੰਦਾ ਬਹੁਤ ਹੀ ਮਨ ਦੇ ਨਾਲ ਇਹਨਾਂ ਨੇ ਆਪਣੀ ਕੋਠੀ ਬਣਾਈ ਹੈ ਆਪਣਾ ਵਿਲਾ ਜਿਹੜਾ ਉਹ ਬਣਾਇਆ ਵਾ ਇਹ ਪੋਰਚ ਏਰੀਆ ਵਾ ਇੱਥੇ ਦੋ ਗੱਡੀਆਂ ਤੁਸੀਂ ਖੜੀਆਂ ਕਰ ਸਕਦੇ ਹੋ ਬੜੇ ਆਰਾਮ ਦੇ ਨਾਲ ਇਸ ਪਾਸੇ ਨੂੰ ਵੀ ਇੱਕ ਗੱਡੀ ਖੜੀ ਕਰ ਕੀਤੀ ਜਾ ਸਕਦੀ ਹੈ ਬਾਹਰਲੇ ਪਾਸੇ ਗ੍ਰੀਨਰੀ ਦਾ ਏਰੀਆ ਵੀ ਆ ਸੋ ਇਹ ਆਪਾਂ ਇੰਟਰੈਂਸ ਮੇਨ ਇੰਟਰੈਂਸ ਡੋਰ ਜਿਹੜਾ ਉਹ ਉਹ ਵੇਖ ਰਹੇ ਆ ਪੂਰਾ ਪਾਲਿਸ਼ਡ ਕੰਮ ਤੁਹਾਨੂੰ ਮਿਲੇਗਾ ਔਰ 12 12 ਇੰਚ ਦੀਆਂ ਸਾਗਵਾਂ ਦੀਆਂ ਚਗਾਠਾਂ ਪੂਰੇ ਦਾ ਪੂਰਾ ਸਾਗਵਾਂ ਦਾ ਕੰਮ ਆ ਸੋ ਥੱਲੇ ਵੀ ਜਿਹੜਾ ਪ੍ਰੀਮੀਅਮ ਜਿਹੜਾ ਉਹ ਪੱਥਰ ਯੂਜ਼ ਕੀਤਾ ਗਿਆ ਵਾ ਸਭ ਤੋਂ ਪਹਿਲਾਂ ਆਪਾਂ ਕਿਚਨ ਹੀ ਦੇਖ ਲੈਣੇ ਆਜੋ ਕਿਚਨ ਦੇ ਵਿੱਚ ਵੀ ਦੋਸਤੋ ਬਹੁਤ ਪ੍ਰੀਮੀਅਮ ਕੰਮ ਜਿਹੜਾ ਵਾ ਉਹ ਹੋਇਆ ਵਾ ਆ ਦੇਖੋ ਸੌਫਟ ਕਲੋਜ਼ਰ ਹਰ ਚੀਜ਼ ਇਸ ਪਾਸੇ ਜਿਹੜਾ ਵਾ ਉਹ ਵੈਟ ਏਰੀਆ ਆ ਕਿਚਨ ਦਾ ਬਹੁਤ ਅੱਛੀ ਡਾਊਨ ਸੀਲਿੰਗ ਆ ਔਰ ਸਾਰੀ ਐਸੈਸਰੀ ਜਿਹੜੀ ਆ ਉਹ ਪ੍ਰੀਮੀਅਮ ਐਸੈਸਰੀ ਜਿਹੜੀ ਆ ਦੇਖੋ ਇੱਥੇ ਅਸੈਸ ਜਿਹੜੀ ਉਹ ਯੂਜ਼ ਹੋਈ ਆ ਆ ਸਰ ਤਰ੍ਹਾਂ ਦਾ ਠੀਕ ਆ ਸਾਰੀ ਨੈਨੋਟੈਕ ਕਿਚਨ ਜਿਹੜੀ ਬਣਾਈ ਆ ਔਰ ਨੈਨੋ ਟੈਕਨੋਲੋਜੀ ਦਾ ਪੱਥਰ ਔਰ ਪੂਰਾ ਪੀਸ ਆ ਦੇਖੋ ਪੂਰਾ ਵਨ ਪੀਸ ਲਾਇਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਛੋਟੇ ਛੋਟੇ ਟੁਕੜੇ ਲਾ ਕੇ ਤੇ ਆਪਾਂ ਇਥੋਂ ਜਿਹੜਾ ਵਾ ਪੈਸੇ ਦੀ ਬਚਤ ਕਰ ਲਈ ਆ ਦੇਖੋ ਪੂਰਾ ਪੂਰਾ ਵਨ ਪੀਸ ਆ ਇੱਕ ਪੀਸ ਠੀਕ ਹੈ ਦੋਸਤੋ ਸੋ ਐਸ ਪਾਸੇ ਕ੍ਰੋਕਰੀ ਯੂਨਿਟ ਆ ਆ ਦੇਖੋ ਕਿੰਨਾ ਪ੍ਰੀਮੀਅਮ ਆ ਗਲਾਸ ਦਾ ਔਰ ਕੰਮ ਅਜੇ ਚਾਲੀ ਰਿਹਾ ਵਾ ਦੋਸਤੋ ਡਾਊਨ ਸੀਲਿੰਗ ਵੇਖੋ ਤੁਸੀਂ ਆ ਲੌਬੀ ਦਾ ਏਰੀਆ ਆ ਆ ਲੌਬੀ ਦਾ ਏਰੀਆ ਜੀ ਡਾਊਨ ਸੀਲਿੰਗ ਤੁਸੀਂ ਵੇਖ ਸਕਦੇ ਹੋ ਇਸ ਪਾਸੇ ਬਹੁਤ ਅੱਛਾ ਜਿਹੜਾ ਵਾਸ਼ਬੈਸ਼ਨ ਵੈਂਟੀ ਜਿਹੜੀ ਉਹ ਬਣेंगी ਬਿਊਟੀਫੁੱਲ ਬਣेंगी ਸੋ ਇਹ ਪੂਰੀ ਜਿਹੜੀ ਆ ਲੌਬੀ ਦਾ ਏਰੀਆ ਇੱਧਰ ਦੋਸਤੋ ਡਰਾਈਂਗ ਰੂਮ ਆ ਇਹ ਡਰਾਈਂਗ ਰੂਮ ਦੇ ਵਿੱਚ ਵੇਖੋ ਤੁਸੀਂ ਡਾਊਨ ਸੀਲਿੰਗ ਨਹੀਂ ਹੋਈ ਇੱਥੇ ਪੂਰੀ ਪੂਰੀ ਜਿਹੜੀ ਆ ਸਾਗਵੰਦੀ ਲੱਕੜ ਜਿਹੜੀ ਛੱਤ ਦੇ ਨਾਲ ਲਾਈ ਜਾਏਗੀ ਪਾਲਿਸ਼ ਕਰਕੇ ਤਾਂ ਕਿ ਹੋਰ ਬਿਊਟੀਫੁੱਲ ਇਨੂੰ ਜਿਹੜਾ ਵਾ ਬਣਾ ਜਾ ਸਕੇ ਸੋ ਇਹ ਸਟੇਅਰ ਕੇਸ ਉੱਪਰ ਜਾਣ ਲਈ ਸਟੀਲ ਪਸ ਗਲਾਸ ਮਿਕਸ ਸੋ ਦੋਸਤੋ ਇਹ ਗਰਾਉਂਡ ਦੇ ਉੱਤੇ ਇੱਕ ਜਿਹੜਾ ਵਾ ਕਾਮਨ ਵਾਸ਼ਰੂਮ ਇੱਥੇ ਠੀਕ ਹੈ ਜੀ ਔਰ ਇਹ ਗਰਾਉਂਡ ਦਾ ਫਰਸਟ ਬੈਡਰੂਮ ਹੈ ਕੰਮ ਦੀ ਕੁਆਲਿਟੀ ਤੇ ਦੇਖਣੇ ਬਣਦੀ ਹੈ ਸੋ ਆਹ ਵਾਲਾ ਜਿਹੜਾ ਵਾ ਜੀ ਗਰਾਉਂਡ ਫਲੋਰ ਦੇ ਉੱਤੇ ਅਟੈਚ ਬੈਡਰੂਮ ਦੇ ਨਾਲ ਬਾਥਰੂਮ ਦੋਸਤੋ ਸੋ ਦੋਸਤੋ ਕਿਸ ਤਰੀਕੇ ਨਾਲ ਇਹਨੂੰ ਆਪਾਂ ਜਿਹੜਾ ਵਾ ਇਹਦੀ ਕੋਈ ਕਮੀ ਨਹੀਂ ਆ ਕਰ ਦੇ ਵਿੱਚ ਆਪਾਂ ਇਹਦੀ ਜਿੰਨੀ ਵੀ ਤਾਰੀਫ ਕਰੀਏ ਓਨੀ ਘੱਟ ਬਣਦੀ ਐ ਇੰਨਾ ਜ਼ਬਰਦਸਤ ਤਰੀਕੇ ਨਾਲ ਜਿਹੜਾ ਵਾ ਬੜਾ ਦਿਲ ਖੋਲ ਕੇ ਪੈਹਾ ਲਗਾਇਆ ਜਾ ਸਕਦਾ ਲਾਇਆ ਜਾ ਰਿਹਾ ਵਾ ਸੌਰੀ ਔਰ ਇਹ ਜਿਹੜਾ ਵਾ ਸੈਕੰਡ ਬੈਡਰੂਮ ਆਉਂਦਾ ਜੀ ਗਰਾਉਂਡ ਫਲੋਰ ਦੇ ਉੱਤੇ ਸੋ ਇਹ ਗਰਾਉਂਡ ਫਲੋਰ ਦਾ ਸੈਕੰਡ ਬੈਡਰੂਮ ਹੈ ਇਹਦੇ ਨਾਲ ਇਸ ਪਾਸੇ ਅਟੈਚ ਡੱਕਟ ਜਿਹੜਾ ਆ ਜਾਂਦਾ ਵਾਸ਼ਿੰਗ ਮਸ਼ੀਨ ਪਈ ਐ ਇੱਥੇ ਠੀਕ ਐ ਦੋਸਤੋ ਸੋ ਇਸ ਬੈਡ ਨੂੰ ਰੂਮ ਨੂੰ ਓੜਾ ਕਾਮਨ ਵਾਸ਼ਰੂਮ ਉਸ ਪਾਸੇੋਂ ਉਹੀ ਯੂਜ਼ ਹੋਏਗਾ ਠੀਕ ਐ ਸੋ ਦੋਸਤੋ ਇਹ ਸਟੇਅਰ ਕੇਸ ਆ ਸਟੇਅਰ ਕੇਸ ਤੁਸੀਂ ਵੇਖੋ ਜ਼ਬਰਦਸਤ ਬਹੁਤ ਪ੍ਰੀਮੀਅਮ ਕੰਮ ਇੱਥੇ ਵੀ ਕੀਤਾ ਗਿਆ ਵਾ ਔਰ ਇਹ ਗ੍ਰੇਨਾਈਟ ਨਾਲ ਤਿਆਰ ਸਟੇਅਰ ਕੇਸ ਆ ਬਾਕੀ ਤੁਹਾਨੂੰ ਉੱਪਰ ਦੀ ਫਰਸਟ ਫਲੋਰ ਵੀ ਦਿਖਾਉਨੇ ਆ ਥੱਲੇ ਵਾਲੇ ਫਲੋਰ ਤੇ ਤੁਸੀਂ ਵੇਖਿਆ ਕਿ ਦੋ ਬੈਡਰੂਮ ਨੇ ਔਰ ਦੋ ਅਟੈਚ ਬਾਥਰੂਮ ਨੇ ਕਿਚਨ ਬਹੁਤ ਸ਼ਾਨਦਾਰ ਤੇ ਆਓ ਹੁਣ ਆਪਾਂ ਫਰਸਟ ਫਲੋਰ ਜਿਹੜਾ ਵਾ ਉਹ ਵੇਖਦੇ ਆ ਸੋ ਦੋਸਤੋ ਇਹ ਫਰਸਟ ਫਲੋਰ ਆ ਇੱਥੇ ਵਜੇ ਕੰਮ ਚੱਲ ਹੀ ਰਿਹਾ ਵਾ ਇਸ ਪਾਸੇ ਤੁਸੀਂ ਦੇਖੋ ਕਿ ਬਿਊਟੀਫੁਲ ਵਹੇ ਡਾਊਨ ਸਿਲਿੰਗ ਦੀ ਕਮਾਲ ਦੀ ਕੀਤੀ ਹੋਈ ਆ ਦੇਖਣ ਵਾਲੀ ਆ इस पास फिलहाल उन्होंने टैंपरेरी किचन टाइप बनाई अपना काम चल रहा है सो ये फस्ट फ्लोर का जरा फस्ट बैडरूम है इस पास दोस्तों डाउन सीलिंग बहुत अच्छी है क्योंकि काम हजे अंडर कंसट्रक्शन है एक कि थोड़ा जा चीज़ा लग हैं और बाथरूम तुम तो देखो क्या ब्यूटीफुल जबरदस्त बाथरूम है और टाइल कि प्रीमियम इतें यूज की गई है और दसा दोस्तों जो घर एक कंप्लीट हो जाएगा ना क्या जबरदस्त शानदार घर बनेगा मतलब फाइव स्टार 5 स्टार ਕਰ ਬਣੇਗਾ ਦੋਸਤੋ ਸੋ ਇਹ ਹੁਣ ਇਹ ਦੂਸਰਾ ਜਿਹੜਾ ਵਾ ਫਰਸਟ ਫਲੋਰ ਦਾ ਦੂਸਰਾ ਰੂਮ ਹੈ ਔਰ ਇਹ ਉਪਰ ਸਟੇਅਰ ਕੇਸ ਜਾਂਦੀ ਹੈ ਉੱਪਰ ਦਾ ਏਰੀਆ ਵੀ ਤੁਹਾਨੂੰ ਦਿਖਾਉਣੀ ਹੈ ਔਰ ਇਹ ਹੈਗਾ ਜੀ ਨਾਲ ਇਧਰ ਵਾਸ਼ਰੂਮ ਹੁਣ ਇਹ ਵੀ ਵਾਸ਼ਰੂਮ ਤੁਸੀਂ ਦੇਖੋ ਕਿੰਦਾ ਜ਼ਬਰਦਸਤ ਵਾਸ਼ਰੂਮ ਹੈ ਪੂਰੀ ਫੁੱਲ ਲਾਈਟਸ ਤੇ ਜਿਹੜੀ ਉਹ ਟਾਈਲ ਯੂਜ਼ ਕੀਤੀ ਗਈ ਹੈ ਜ਼ਬਰਦਸਤ ਔਰ ਦਰਵਾਜ਼ਾ ਦੇਖੋ ਤੁਸੀਂ ਵਾਸ਼ਰੂਮ ਦਾ ਦਰਵਾਜ਼ਾ ਵੀ ਪਾਲਿਸ਼ ਸਾਰਾ ਸਾਗਵੰਦਾ ਜਿਹੜਾ ਮਤਲਬ ਪੈਸੇ ਪੂਰੇ ਖੁੱਲੇ ਲਾ ਕੇ ਜਿਹੜੇ ਕਰਤਿਆ ਕਰ ਰਹੇ ਆ ਕਈ ਵਾਰੀ ਬੰਦ ਨੂੰ ਚੇਂਜ ਕਰਨਾ ਪੈ ਜਾਂਦਾ ਲਾਈਫ ਦੇ ਵਿੱਚ ਬਹੁਤ ਕੁਝ ਹੁੰਦਾ ਚੇਂਜ ਕਰਨ ਵਾਲਾ ਸੋ ਇਹ ਵਾਲਾ ਇੱਕ ਇਧਰ ਰੂਮ ਹੈ ਜੀ ਇਧਰ ਥੋੜਾ ਕਪੜੇ ਵਗੈਰਾ ਸੁਕਣੇ ਪਏ ਨੇ ਮੌਸਮ ਉਸ ਤਰ੍ਹਾਂ ਦਾ ਵਾ ਤੇ ਇਹ ਦੋਸਤੋ ਉੱਪਰ ਵਾਲਾ ਇੱਕ ਹੋਰ ਜ਼ਬਰਦਸਤ ਰੂਮ ਹੈ ਠੀਕ ਹੈ ਇਹਨੂੰ ਐਜ਼ ਫਿਲਹਾਲ ਇਹਨਾਂ ਡ్రਾਈੰਗ ਰੂਮ ਯੂਜ਼ ਕਰ ਰਹੇ ਵੈਸੇ ਬੈਡਰੂਮ ਹੀ ਆਏ ਤੇ ਇਹ ਚੀਜ਼ ਆਈਂਦੀ ਇਧਰੋਂ ਜੀ ਇਹ ਪਾਰ ਦੀ ਬਾਲਕਨੀ ਤੇ ਸਾਹਮਣੇ ਰੋਡ ਦਾ ਵਿਊ ਜ਼ਬਰਦਸਤ ਦੋਸਤੋ ਤੇ ਆਓ ਤੁਹਾਨੂੰ ਅਸੀਂ ਦਿਖਾਉਨੇ ਆ ਜਿਹੜਾ ਇੱਕ ਰੂਮ ਰਹਿ ਗਿਆ ਇਸ ਫਲੋਰ ਦੇ ਉੱਤੇ ਤੇ ਦੈਨ ਜਿਹੜਾ ਆਪਾਂ ਉੱਤੇ ਮੌਂਟੀ ਦਾ ਏਰੀਆ ਜਿਹੜਾ ਉਹ ਵੇਖਦੇ ਆਂ ਦੋਸਤੋ ਸੋ ਲੈਟਸ ਗੋ ਸੋ ਦੋਸਤੋ ਇਹ ਜਿਹੜਾ ਵਾ ਫਰਸਟ ਫਲੋਰ ਦਾ ਸੈਕੰਡ ਬੈਡਰੂਮ ਤੁਹਾਨੂੰ ਦਿਖਾਇਆ ਨਹੀਂ ਬਾਅਦ ਚ ਦਿਖਾਉਨੇ ਆ ਇੱਥੇ ਵੀ ਡੌਂਟ ਸੀਲਿੰਗ ਬੜੀ ਜਬਰਦਸਤ ਹੋਈ ਆ ਪ੍ਰੀਮੀਅਮ ਕੁਆਲਿਟੀ ਦਾ ਪੱਥਰ ਇੱਥੇ ਯੂਜ਼ ਹੋਇਆ ਵਾ ਔਰ ਇੱਥੇ ਵੀ ਤੁਸੀਂ ਦੇਖੋ ਪੂਰੇ 8 ਫੁੱਟ ਹਾਈਟ ਤੇ ਜਬਰਦਸਤ ਦਰਵਾਜ਼ੇ 도ਰਸ ਲੱਗੇ ਆ ਤੇ ਆਓ ਤੁਹਾਨੂੰ ਅਸੀਂ ਉੱਪਰ ਵਾਲਾ ਹੁਣ ਜਿਹੜਾ ਮੌਂਟੀ ਦਾ ਏਰੀਆ ਵੀ ਦਿਖਾ ਦ ਦੋਸਤੋ ਤੁਸੀਂ ਇਸ ਤਰ੍ਹਾਂ ਦੀ ਮੌਨਟੀ ਇੰਨੀ ਜਗ੍ਹਾ ਜਿੱਥੇ ਕਵਰ ਕੀਤੀ ਹੋਵੇ ਪੂਰੀ ਦੀ ਪੂਰੀ ਆ ਦੇਖੋ ਜਗ੍ਹਾ ਕਿੰਨੀ ਹੈ ਸਪੇਸ ਕਿੰਨੀ ਇਹ ਤੁਸੀਂ ਬਹੁਤ ਘੱਟ ਘਰਾਂ 'ਚ ਵੇਖੀ ਹੋਏਗੀ ਮੈਂ ਬਹੁਤ ਸਾਰੇ ਘਰ ਸ਼ੂਟ ਕਰ ਦਿੰਦਾ ਮੈਂ ਕਦੀ ਇਦਾਂ ਦੀ ਜਗ੍ਹਾ ਨਹੀਂ ਦੇਖੀ ਔਰ ਇਹ ਪੂਰਾ ਦਾ ਪੂਰਾ ਏਰੀਆ ਇਧਰਲੇ ਪਾਸੇ ਵੀ ਜਿਹੜਾ ਉਹ ਸ਼ਰਮੇ ਵੀ ਲੋਕ ਲੱਗਾ ਚਲੋ ਛੱਡ ਦੋ ਠੀਕ ਹੈ ਸੋ ਦੋਸਤੋ ਇਹ ਆ ਗਿਆ ਜੀ ਟਰੈਸ ਇਹ ਟਰੈਸ ਆ ਔਰ ਟਾਇਰਸ ਦੇ ਉੱਤੇ ਵੀ ਇੱਕ ਹੋਰ ਅਲਗ ਨਾ ਜਿਹੜਾ ਵੇ ਬਾਥਰੂਮ ਦਿੱਤਾ ਗਿਆ ਸੈਕੰਡ ਫਲੋਰ ਦੇ ਉੱਤੇ ਔਰ ਸਾਹਮਣੇ ਤੁਸੀਂ ਵੇਖ ਰਹੇ ਹੋ ਨਰਾਇਣਾ ਇੰਟਰਨੈਸ਼ਨਲ ਸਕੂਲ ਆ ਇਹ ਕਲੋਨੀ ਇੱਥੋਂ ਅੱਗੇ ਹੋਰ ਐਕਸਟੈਂਡ ਹੋ ਗਈ ਆ ਕਾਫੀ ਅੱਗੇ ਤੱਕ ਸੋ ਇਹਦੇ ਪਿੱਛੇ ਜਾ ਕੇ ਉਹ ਤੱਕ ਸਭ ਪਲਾਟਸ ਵਗੈਰਾ ਬਣ ਗਏ ਨੇ ਕਾਫੀ ਐਕਸਟੈਂਡ ਹੋ ਚੁੱਕੀ ਹੈ ਕਲੋਨੀ ਤੋਂ ਸਾਹਮਣੇ ਨੈਸ਼ਨ ਸਕੂਲ ਤੁਸੀਂ ਵੇਖ ਹੀ ਲਿਆ ਵਾ ਸੋ ਦੋਸਤੋ ਮੈਂ ਤੁਹਾਨੂੰ ਦੱਸਿਆ ਕਿ ਇਸ ਜਿਹੜੀ ਹੈ ਇਸ ਵਿਲੇ ਦੀ ਜਿਹੜੀ ਹੈ ਆਸਕਿੰਗ ਪ੍ਰਾਈਸ ਜਿਹੜੀ ਉਹ 1 ਕਰੋੜ 75 ਲੱਖ ਰੁਪਿਆ ਵਾ ਬਾਕੀ ਥੋੜੀ ਬੋਧੀ ਨੇਗੋਸ਼ੀਏਸ਼ਨ ਹੋ ਜਾਏਗੀ ਤੁਸੀਂ ਅਗਰ ਕੋਈ ਵੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਪ੍ਰਾਪਰਟੀ 'ਚ ਪੈਸੇ ਬਣਾਉਣਾ ਚਾਹੁੰਦੇ ਹੋ ਐਜ਼ ਅ ਡੀਲਰ ਆਪਣੇ ਆਪ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਆਪਣੇ ਸਿਟੀ 'ਚ ਤਾਂ ਵੀ ਸਾਡੇ ਨਾਲ ਸੰਪਰਕ ਟਾਈਮ ਦਿੱਤਾ ਤੁਸੀਂ ਵੀਡੀਓ ਦੇਖਣ ਲਈ ਥੈਂਕ ਯੂ ਵੈਰੀ ਮੱਚ 올 ది ਬੈਸਟ